ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਰਨ ਸਿੰਘ ਕਹਿਣਾ ਤੁਸੀਂ ਦੇਖ ਰਹੇ ਹੋ ਪ੍ਰਾਈਮ ਇਨੀਸ਼ੀਏਟਿਵ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵਾਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਦੇ ਹਾਂ ਲੰਘੇ ਕੱਲ ਪੰਜਾਬ ਦੇ ਕਈ ਹਿੱਸੇ ਨੇ ਵਿੱਚ ਕਾਫੀ ਮੀਂਹ ਪਿਆ ਝੱਖੜ ਝੁਲਾ ਆਇਆ ਕਾਫੀ ਤੇਜ਼ ਝੱਖੜ ਝੁਲਾ ਆਇਆ ਜਿਹਦੇ ਕਰਕੇ ਜਾਨੀ ਨੁਕਸਾਨ ਦੀ ਖਬਰ ਵੀ ਪ੍ਰਾਪਤ ਹੋਈ ਹੈ ਜਿੰਨਾਕ ਮੈਨੂੰ ਜਾਣ ਹੋਇਆ ਖਬਰ ਦੇ ਬਾਰੇ ਜਾਣਕਾਰੀ ਮਿਲੀ ਹੈ ਫਰੀਦਕੋਟ ਦੇ ਵਿੱਚ ਕੋਟਕਪੂਰੇ ਲੱਗੇ ਇੱਕ ਪਿੰਡ ਹੈਗਾ ਜੀ ਸਵੀਆਂ ਇਸ ਪਿੰਡ ਦੇ ਕੋਲ ਜਾਂ ਇਸ ਪਿੰਡ ਦੇ ਵਿੱਚ ਇੱਕ ਕਾਰ ਦੇ ਉੱਤੇ ਇੱਕ ਬੱਚੀ ਨੂੰ ਵਜ਼ੀਫੇ ਦਾ ਪੇਪਰ ਦਿਵਾਉਣ ਵਾਸਤੇ ਵਾਪੇ ਲੈ ਕੇ ਜਾ ਰਹੇ ਸੀ ਤੇ ਤੁਰੀ ਜਾਂਦੀ ਕਾਰ ਦੇ ਉੱਤੇ ਪਤਾ ਲੱਗਾ ਜੀ ਕਿ ਇੱਕ ਦਰਖਤ ਡਿੱਗ ਪਿਆ ਬੜਾ ਭਾਰਾ ਜਿਹਦੇ ਕਰਕੇ ਬੱਚੀ ਦੀ ਮੌਤ ਹੋ ਗਈ ਆ ਕੁਝ ਲੋਕ ਜ਼ਖਮੀ ਵੀ ਹੋਏ ਆ ਯਾਨੀ ਕਿ ਪੰਜਾਬ ਦੇ ਵਿੱਚ ਜਦੋਂ ਹਨੇਰੀ ਝੱਖੜ ਝੁੱਲਾ ਮੀਂਹ ਤੂਫਾਨ ਆਉਂਦਾ ਕਿਤੇ ਖੰਭੇ ਡੱਗ ਪੈਂਦੇ ਆ ਕਿਤੇ ਕੰਧਾਂ ਡਿੱਗਦੀਆਂ ਕਿਤੇ ਛੱਤਾਂ ਡਿੱਗਦੀਆਂ ਕਿਤੇ ਦਰਖਤ ਡਿੱਗਦੇ ਆ ਕਈ ਵਾਰੀ ਜਾਨੀ ਨੁਕਸਾਨ ਹੁੰਦਾ ਕਈ ਵਾਰੀ ਮਾਲੀ ਹੁੰਦਾ ਬਾਬੇ ਅੱਗੇ ਅਰਦਾਸ ਆ ਸਾਰੇ ਠੀਕ ਰਹਿਣ ਚੜ੍ਹਦੀ ਕਲਾ ਦੇ ਵਿੱਚ ਰਹਿਣ ਕੁਦਰਤ ਕੈਰ ਨਾ ਵਰਤਾਵੇ ਪੰਜਾਬ ਦੇ ਵਿੱਚ ਆਉਂਦੇ 48 ਘੰਟਿਆਂ ਦੇ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਜਿੰਨਾ ਕੁ ਮੀਂਹ ਪਿਆ ਜਿੱਥੇ-ਜਿੱਥੇ ਪਿਆ ਜਿਵੇਂ-ਜਿਵੇਂ ਪਿਆ ਤੇ ਜਿੰਨੇ ਕੁ ਵਜੇ ਪਿਆ ਸਾਡੇ ਪਰਿਵਾਰਕ ਮੈਂਬਰ ਟਿੱਪਣੀਆਂ ਦੇ ਰੂਪ ਦੇ ਵਿੱਚ ਦੱਸ ਵੀ ਸਕਦੇ ਥੱਲੇ ਪਰ ਮੀਂਹ ਪੰਜਾਬ ਦੇ ਵਿੱਚ ਪਾਈ ਲਗਾਤਾਰ ਪੈਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਅਮਰਤਪਾਲ ਸਿੰਘ ਦੇ ਭਰਾ ਨੂੰ ਡਰੱਗ ਦੇ ਸਮੇਤ ਗ੍ਰਿਫਤਾਰ ਕੀਤੇ ਜਾਣ ਦਾ ਐਲਾਨ ਸਮਨਤ ਹਰਪ੍ਰੀਤ ਸਿੰਘ ਅਮਰਿਤਪਾਲ ਸਿੰਘ ਦਾ ਸਕਾਪਰਾ ਪੁਲਿਸ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਅਸੀਂ ਉਹਨੂੰ ਨਸ਼ੀਲੇ ਪਦਾਰਥ ਸਮੇਤ ਕੰਡੇ ਸਮੇਤ ਫੋਇਲ ਪੇਪਰ ਜਿਹਨੂੰ ਸਿੱਪੰਨੀ ਕਹਿੰਦੇ ਆ ਤੇ ਲੈਟਰ ਦੇ ਸਮੇਤ ਸਾਥੀ ਦੇ ਨਾਲ ਗ੍ਰਿਫਤਾਰ ਕੀਤਾ ਪਰ ਉਸ ਤੋਂ ਪਹਿਲਾਂ ਮੈਂ ਇੱਕ ਥੋੜੀ ਜਿਹੀ ਜਾਣਕਾਰੀ ਹੋਰ ਲੈਣੀ ਚਾਹਉਣਾ ਉਹ ਇਹ ਹੈ ਜੀ ਕਿ ਲੰਘੇ ਕੱਲ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਇੱਕ ਵੱਡੀ ਗੱਲ ਕਹੀ ਆ ਉਹ ਕਹਿੰਦੇ 25 ਜੂਨ ਤੇ 1975 ਨੂੰ ਐਮਰਜੈਂਸੀ ਲਾਗੂ ਕੀਤੀ ਗਈ ਸੀ ਐਮਰਜੈਂਸੀ ਲਾ ਦਿੱਤੀ ਗਈ ਸੀ इंदिरा गांधी दी सरकार ਸੀ ਉਸ ਵੇਲੇ ਉਹ ਕਹਿੰਦੇ ਜੀ ਬਹੁਤ ਸਾਰੇ ਲੋਕਾਂ ਨੂੰ ਜੇਲ੍ਹਾਂ ਚ ਤਾੜਿਆ ਗਿਆ ਮੀਡੀਆ ਦਾ ਗਲ ਘੁੱਟ ਦਿੱਤਾ ਗਿਆ ਲੋਕਾਂ ਦੇ ਵਿੱਚ ਕੁਹਰਾ ਮਚ ਗਿਆ ਲੋਕਾਂ ਦਾ ਜਨਜੀਵਨ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਦੁਬਰ ਹੋ ਗਿਆ ਉਹ ਕਹਿੰਦੇ ਵੀ ਭਾਈ ਅਸੀਂ ਇਸ ਦਿਨ ਨੂੰ ਯਾਨੀ ਕਿ 25 ਜੂਨ ਦੇ ਦਿਨ ਨੂੰ ਸੰਵਿਧਾਨ ਕਤਲ ਦਿਵਸ ਦੇ ਤੌਰ ਤੇ ਉੱਤੇ ਹਰ ਬਾਰੇ ਮਨਾਇਆ ਕਰਾਂਗੇ ਯਾਨੀ ਕਿ 25 ਜੂਨ 1975 ਦੀ ਯਾਦ ਨੂੰ ਤਾਜ਼ਾ ਕਰਨ ਦੇ ਲਈ ਭਾਰਤ ਵਸਗਾਂ ਨੂੰ ਇਹ ਦੱਸਣ ਦੇ ਲਈ ਕਿ 1975 ਦੇ ਵਿੱਚ ਕੀ ਕੁਝ ਹੋਇਆ ਸੀ 25 ਜੂਨ ਨੂੰ ਕੀ ਕੁਝ ਹੋਇਆ ਸੀ ਉਸ ਵੇਲੇ ਤੇ ਉਦੋਂ ਸੰਵਿਧਾਨ ਦੀਆਂ ਕਿਵੇਂ ਧੱਜੀਆਂ ਉਡੀਆਂ ਸੰਵਿਧਾਨ ਦਾ ਕਿਵੇਂ ਕਤਲ ਕੀਤਾ ਗਿਆ ਐਮਰਜੈਂਸੀ ਲਾ ਕੇ ਲੋਕ ਖਜੜ ਕਿਵੇਂ ਕੀਤੇ ਗਏ ਉਹ ਕਹਿੰਦੇ ਵੀ ਹਰ ਸਾਲ ਅਸੀਂ ਇਸ ਦਿਵਸ ਨੂੰ ਮਨਾਉਣ ਦਾ ਐਲਾਨ ਕਰਦੇ ਆ ਜਾਨੀ ਕਿ 25 ਜੂਨ ਸੰਵਿਧਾਨ ਕਤਲ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਜਾਊਗਾ ਹੈਰਾਨੀ ਹੁੰਦੀ ਐ ਇਸ ਗੱਲ ਦੇ ਉੱਤੇ ਵੀ ਸੰਵਿਧਾਨ ਬਚਾਉਣ ਤੇ ਕਤਲ ਕਰਨੀਆਂ ਗੱਲਾਂ ਅੱਜਕੱਲ ਕਿਹੜੇ ਕਿਹੜੇ ਪ੍ਰਸੰਗ ਦੇ ਵਿੱਚ ਚੱਲਦੀਆਂ ਕੀ ਸੰਵਿਧਾਨ ਦੇ ਵਿੱਚ ਇਹ ਗੱਲ ਕਿਤੇ ਲਿਖੀ ਆ ਕਿ ਧਰਮ ਦੇ ਨਾਂ ਦੇ ਉੱਤੇ ਵੋਟਾਂ ਮੰਗੋ ਪਰ ਧਰਮ ਦੇ ਨਾਂ ਦੇ ਉੱਤੇ ਵੋਟਾਂ ਮੰਗੇ ਜਾਂਦੀਆਂ ਕੀ ਸੰਵਿਧਾਨ ਦੇ ਵਿੱਚ ਕਿਤੇ ਇਹ ਗੱਲ ਲਿਖੀ ਆ ਕਿ ਭਾਈ ਭਾਰਤ ਦੇ ਵਿੱਚ ਇੱਕ ਧਰਮ ਵਿਸ਼ੇਸ਼ ਦੀ ਬਾਤ ਪਾਓ ਘੱਟ ਗਿਣਤਗਾਂ ਨੂੰ ਖਤਰਾ ਪੈਦਾ ਹੋਵੇ ਕੁਝ ਇਦਾਂ ਨਾ ਕਰੋ ਪਰ ਇਦਾਂ ਨਾ ਕੁਝ ਭਾਰਤ ਦੇ ਵਿੱਚ ਹੁੰਦਾ ਕੀ ਸੰਵਿਧਾਨ ਦੇ ਵਿੱਚ ਇਹ ਗੱਲ ਕਿਤੇ ਲਿਖੀ ਆ ਵੀ ਭਾਈ ਧਰਮ ਦੇ ਨਾਂ ਦੇ ਉੱਤੇ ਵੱਧ ਤੋਂ ਵੱਧ ਜਿਹੜੀਆਂ ਥਾਵਾਂ ਖੜੀਆਂ ਕਰੋ ਭਾਵੇਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੀ ਗਿਣਤੀ ਘਟ ਜੇ ਪਰ ਭਾਈ ਤੁਸੀਂ ਧਰਮ 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 ਕਰੀ ਜਾਣਾ ਤੇ ਬਰਾਬਰਤਾ ਦੀ ਗੱਲ ਕਰਨੀ ਨਹੀਂ ਤੇ ਮਣੀਪੁਰ ਦੇ ਕਾਂਡ ਦੇ ਬਾਰੇ ਕਦੇ ਸੋਚਣਾ ਨਹੀਂ ਕਿ ਇਹ ਗੱਲ ਸੰਵਿਧਾਨ ਦੇ ਵਿੱਚ ਲਿਖੀ ਹੈ ਕਿਤੇ ਕਿ 1 ਸਾਲ ਤੋਂ ਵੱਧ ਸਮਾਂ ਭਾਵੇਂ ਮਣੀਪੁਰ ਦੇ ਵਿੱਚ ਕਾਂਡ ਵਾਪਰੇ ਨੂੰ ਹੋ ਗਿਆ ਹੋਵੇ ਉੱਥੇ ਭਾਵੇਂ ਅੱਜ ਵੀ ਲੋਕਾਂ ਦੀ ਹਾਲਤ ਪਤਲੀ ਹੋਵੇ ਉੱਥੇ ਅੱਜ ਵੀ ਸ਼ਾਂਤੀ ਪਸਰੀ ਨਾ ਹੋਵੇ ਮੁਕੰਮਲ ਤੌਰ ਦੇ ਉੱਤੇ ਤੇ ਇਹ ਸੰਵਿਧਾਨ ਦੇ ਵਿੱਚ ਲਿਖਿਆ ਕਿ ਉੱਥੇ ਪ੍ਰਧਾਨ ਮੰਤਰੀ ਸਾਹਿਬ ਜਾਣ ਹੀ ਨਾ ਇਹਨਾਂ ਗੱਲਾਂ ਦੇ ਬਾਰੇ ਕਿਉਂ ਨਹੀਂ ਗੌਰ ਕੀਤੀ ਜਾਂਦੀ ਸੰਵਿਧਾਨ ਬਚਾਉਣ ਦੀ ਗੱਲ ਕਰਕੇ ਇੰਡੀਆ ਗੱਠ ਜੋੜ ਦੇ ਵੱਲੋਂ ਚੋਣ ਲੜੀ ਗਈ। ਰਾਹੁਲ ਗਾਂਧੀ ਨੇ ਆਪਣੇ ਪਹਿਲੇ ਭਾਸ਼ਣ ਦੇ ਵਿੱਚ ਜਦੋਂ ਉਹ ਵਿਰੋਧੀ ਦਲ ਦਾ ਨੇਤਾ ਬਣੇ ਤੇ ਫਿਰ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਰਾਹੁਲ ਗਾਂਧੀ ਬੋਲਿਆ। ਉਹਨੇ ਉਦੋਂ ਇਹ ਗੱਲ ਕਹੀ ਸੀ ਕਿ ਭਾਈ ਸੰਵਿਧਾਨ ਨੂੰ ਬਚਾਉਣ ਦੇ ਲਈ ਦੇਸ਼ ਦੇ ਲੋਕਾਂ ਨੇ ਇੰਡੀਆ ਗੱਠ ਜੋੜ ਨੂੰ ਇਤਕੀ ਤਕੜੀਆਂ ਸੀਟਾਂ ਦਿੱਤੀਆਂ ਤੇ ਬਹੁਮਤ ਬੀਜੇਪੀ ਨੂੰ ਨਹੀਂ ਦਿੱਤਾ। ਪਰ ਉਹ ਕਹਿੰਦੇ ਵੀ ਭਾਈ 1975 ਵਾਲੀ ਗੱਲ ਚੇਤੇ ਰੱਖਣੀ ਆ ਅੱਜ ਵਾਲੀ ਚੇਤੇ ਨਹੀਂ ਰੱਖਣੀ। ਜੋ ਕੁਝ ਅਤੀਤ ਦੇ ਵਿੱਚ ਹੋਇਆ ਅਸੀਂ ਉਹਦੀ ਸਿਫਤ ਨਹੀਂ ਕਰਦੇ ਉਹ ਗਲਤ ਹੈ ਜੋ ਕੁਝ ਵਰਤਮਾਨ ਸਮੇਂ ਚ ਹੋ ਰਿਹਾ ਅਸੀਂ ਉਹਦੀ ਸਿਫਤ ਕਿਵੇਂ ਕਰੀਏ ਅਸੀਂ ਉਹਨੂੰ ਗਲਤ ਕਿਉਂ ਨਾ ਕਹੀਏ ਕਿਤੇ ਇਹ ਨਾ ਹੋਵੇ ਵੀ ਜਿਹੜਾ ਅੱਜ ਸੰਵਿਧਾਨ ਨੂੰ ਖਤਰਾ ਪੈਦਾ ਹੁੰਦਾ 20 ਸਾਲਾਂ ਬਾਅਦ ਜਿਹੜੀ ਸਰਕਾਰ ਹੋਵੇ ਉਹ ਇਹ ਗੱਲ ਕਵੇ ਕਿ ਭਾਈ 2024 ਦੇ ਵਿੱਚ ਆਹ ਕੁਝ ਜਿਹੜਾ ਅਸੀਂ ਮਹਿਸੂਸ ਕੀਤਾ ਇੱਕ ਦਿਨ ਚੁਣ ਕੇ ਭਾਈ ਇਹ ਸੰਵਿਧਾਨ ਬਚਾਓ ਦਿਵਸ ਦੇ ਤੌਰ ਤੇ ਉੱਤੇ ਅਸੀਂ ਬਣਾਉਨੇ ਆ ਸੋ ਇਸ ਤਰੀਕੇ ਦੀਆਂ ਗੱਲਾਂ ਨਾ ਕਿਤੇ ਹੋਣ ਬੇਨਤੀ ਇਹ ਹੈ ਵੀ ਜੇਕਰ 1975 ਦੇ ਵਿੱਚ মিডিਏ ਦਾ ਗਲ ਕੁੱਟਿਆ ਗਿਆ ਸੀ ਤਾਂ ਅੱਜ ਦੇ ਦੌਰ ਦੇ ਵਿੱਚ ਵੀ ਘੁੱਟਿਆ ਜਾ ਰਿਹਾ ਅੱਜ ਆਪਾਂ ਜਾਣਦੇ ਕਿ ਨੈਸ਼ਨਲ মিডিਏ ਦੇ ਵੱਡੇ ਹਿੱਸੇ ਨੂੰ ਕਿਹੜੇ ਨਾਮ ਨਾਲ ਨਵਾਜਿਆ ਜਾਂਦਾ ਉਹਨੂੰ ਕਿਸ ਤਰੀਕੇ ਦੇ ਨਾਲ ਗੋਦੀ মিডিਆ ਕਿਹਾ ਜਾਂਦਾ ਕਿਉਂ ਕਿਹਾ ਜਾਂਦਾ ਸੋ ਭਾਈ ਗੱਲ ਇਹ ਹੈ ਵੀ ਉਦੋਂ ਜਿਹੜੀਆਂ ਪ੍ਰਸਥਿਤੀਆਂ ਸੀ ਜੇਕਰ ਉਹ ਗਲਤ ਸੀ ਤਾਂ ਸਹੀ ਅੱਜ ਵਾਲੀਆਂ ਵੀ ਨਹੀਂ ਅੱਜ ਕੋਈ মিডিਆ ਉੱਠ ਕੇ ਗੱਲ ਕਵੇ ਕਿ ਭਾਈ ਫਲਾਣੀਆਂ ਫਲਾਣੀਆਂ ਸਰਕਾਰਾਂ ਗਲਤ ਕੰਮ ਕਰਦੀਆਂ ਆਹ ਕੰਮ ਕਿਵੇਂ ਹੋ ਗਿਆ ਕਿਸੇ ਦਾ ਚੈਨਲ ਬੰਦ ਹੋ ਜਾਂਦਾ ਕਿਸੇ ਦਾ ਚੈਨਲ ੜਾ ਦਿੱਤਾ ਜਾਂਦਾ ਬੜਾ ਕੁਝ ਇੱਥੇ ਇਸ ਵੇਲੇ ਹੁੰਦਾ ਪਰ ਗੱਲ ਇਹ ਆ ਵੀ ਭਾਈ ਮਨਾਇਆ ਕਰੋ 25 ਜੂਨ ਨੂੰ ਮਨਾਇਆ ਕਰੋ ਭਾਈ ਸੁਭਿਦਾਨ ਕਤਲ ਦਿਵਸ ਮਨਾਇਆ ਕਰੋ ਬਾਕੀ ਗੱਲਾਂ ਦਾ ਕੀ ਆ ਜਿਹੜੀ ਆਪਾਂ ਗੱਲ ਸ਼ੁਰੂ ਕੀਤੀ ਸੀ ਅਮਰਤਪਾਲ ਸਿੰਘ ਦੇ ਮਤਲਕ ਅਮਰਤਪਾਲ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਹੈ ਅਮਰਤਪਾਲ ਸਿੰਘ ਨੇ ਪਤਾ ਨਹੀਂ ਕਦੋਂ ਆਉਣਾ ਮਾਪੇ ਚਾਹੁੰਦੇ ਜੇ ਕਿ ਛੇਤੀ ਬਾਹਰ ਆਵੇ ਪੁੱਤ ਸਮਰਥਕ ਇਹ ਗੱਲ ਕਹਿੰਦੇ ਛੇਤੀ ਬਾਹਰ ਆਵੇ ਵੋਟਰ ਇਹ ਗੱਲ ਕਹਿੰਦੇ ਵੀ ਜਿਹਨੂੰ ਅਸੀਂ ਕੀਮਤੀ ਵੋਟਾਂ ਪਾਈਆਂ 197000 ਤੋਂ ਵੱਧ ਵੋਟਾਂ ਨੇ ਫਰਕ ਨਾਲ ਜਿਤਾਇਆ ਉਹ ਖਡੂਰ ਸਾਹਿਬ ਦੀ ਆ ਕੇ ਬਾਹਰ ਜੇਲ੍ਹ ਦੇ ਵਿੱਚੋਂ ਸੇਵਾ ਕਰੇ ਪਰ ਉਹ ਸੇਵਾ ਤਾਂ ਕਰੋ ਜੇਕਰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕ ਇਹ ਨਹੀਂ ਪਰ ਤਾਂ ਵੀ ਮੌਕੇ ਕਦੋਂ ਮਿਲਣਾ ਹੁਣ ਐਨ ਮੌਕੇ ਦੇ ਉੱਤੇ ਇੱਕ ਨਵੀਂ ਖਬਰ ਆ ਗਈ ਮੋੜ ਇੱਕ ਨਵਾਂ ਕਟਿਆ ਗਿਆ ਇਹ ਉਹ ਵੇਲਾ ਜਦੋਂ ਪੰਜਾਬ ਦੀ ਸਰਕਾਰ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੀ ਗੱਲ ਪਿਛਲੇ ਕਈ ਮਹੀਨਿਆਂ ਦੇ ਮੁਕਾਬਲ ਤਨ ਵੱਧ ਸਰਗਰਮੀ ਨਾਲ ਕੀਤੀ ਜਾ ਰਹੀ ਹੈ بڑے ਲੋਕਾਂ ਦੀ ਫੜੋ ਫੜੀ ਦਾ سلسلہ ਜਾ ਰਹੀ ਹੈ ਇਸੇ ਸਿਲਸਲੇ ਦੇ ਵਿੱਚ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਨਾਲ ਉਹਦੇ ਸਾਥੀ ਉਹਦਾ ਲਵਪ੍ਰੀਤ ਸਿੰਘ ਹੈ ਇੱਕ ਸੰਦੀਪ ਸਿੰਘ ਹੈ ਉਹ ਸਾਥੀ ਨਹੀਂ ਕਹਿੰਦੇ ਪੁਲਿਸ ਦੇ ਵੱਲੋਂ ਦਾਵਾ ਕੀਤਾ ਗਿਆ ਕਿ 10000 ਰੁਪਏ ਦੀ ਡਰੱਗ ਆ ਜਿਹੜੀ ਉਹ ਲੁਧਿਆਣੇ ਦੇ ਵਿੱਚੋਂ ਖਰੀਦੀ ਹਰਪ੍ਰੀਤ ਸਿੰਘ ਨੇ ਤੇ ਲਾਪ੍ਰੀਤ ਸਿੰਘ ਨੇ ਸੰਦੀਪ ਦੇ ਕੋਲੋਂ ਖਰੀਦੀ ਲਾਪ੍ਰੀਤ ਸਿੰਘ ਤੇ ਜਿਹੜਾ ਹੈਗਾ ਹਰਪ੍ਰੀਤ ਸਿੰਘ ਇਹ ਦੋਵੇਂ ਜਣੇ ਕਹਿੰਦੇ ਵੀ ਕ੍ਰੇਟਾ ਗੱਡੀ ਦੇ ਵਿੱਚ ਜਿਹੜੀ ਕਿ ਕਾਲੇ ਸ਼ੀਸ਼ਾਂ ਵਾਲੀ ਆ ਇਹਦੇ ਵਿੱਚ ਕਹਿੰਦੇ ਜੀ ਬੈਠ ਕੇ ਡਰੱਗ ਪੀਣ ਦੀ ਤਿਆਰੀ ਕਰ ਰਹੇ ਸੀ ਇਹਨਾਂ ਦੇ ਕੋਲੋਂ ਪੁਲਿਸ ਕਹਿੰਦੀ ਇੱਕ ਲੈਟਰ ਮਿਲਿਆ ਇੱਕ ਕਨੇ ਦੀ ਭਾਰ ਜੋਖਣ ਵਾਲਾ ਕੰਡਾ ਵੀ ਮਿਲਿਆ ਕਨੇ ਜਿੱਕ ਪੰਨੀ ਜਿਹਨੂੰ ਅਸੀਂ ਫੋਇਲ ਪੇਪਰ ਕਹਿੰਦੇ ਆ ਉਹ ਵੀ ਮਿਲਿਆ ਕਨੇ ਵੀ 4 ਗ੍ਰਾਮ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਲਗਭਗ 4 ਗ੍ਰਾਮ ਕਹਿੰਦਾ ਵੀ ਨਸ਼ੀਲਾ ਪਦਾਰਥ ਵੀ ਮਿਲਿਆ ਇਸ ਕਰਕੇ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਜਿਹੜੇ ਬੰਦੇ ਦੇ ਕੋਲੋਂ ਕਹਿੰਦੇ ਨਸ਼ਾ ਲਿਆ ਗ੍ਰਿਫਤਾਰ ਕਹਿੰਦੇ ਉਹਨੂੰ ਵੀ ਕਰ ਲਿਆ ਗਿਆ ਹੁਣ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ ਕਿਉਂਕਿ ਪੁਲਿਸ ਦੇ ਸੀਨੀਅਰ ਅਧਿਕਾਰੀ ਸਾਹਿਬਾਨ ਨੇ ਗੱਲ ਕਹਿੰਦੇ ਆ ਕਿ ਰੂਟੀਨ ਦੇ ਵਿੱਚ ਚੈਕਿੰਗ ਹੋ ਰਹੀ ਸੀ ਉੱਥੇ ਇੱਕ ਸ਼ੱਕੀ ਗੱਡੀ ਦੇਖੀ ਉਸ ਗੱਡੀ ਦੇ ਵਿੱਚ ਬੈਠ ਕੇ ਨਸ਼ੇ ਦੀ ਤਿਆਰੀ ਕਰ ਰਹੇ ਸੀ ਅਸੀਂ ਟੈਸਟ ਕਰਵਾਇਆ ਡੋਪ ਤੇ ਇਹਨਾਂ ਦੇ ਵਿੱਚੋਂ ਨਸ਼ੀਲੇ ਪਦਾਰਥ ਦੀ ਮਾਤਰਾ ਮਿਲਿਆ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਆ ਉਹ ਇਹ ਆ ਕਿ ਮੈਂ ਨਾ ਤਾਂ ਕਿਸੇ ਦਾ ਕੋਈ ਅਨਾਂ ਭਗਤਾਂ ਤੇ ਨਾ ਮੈਂ ਕਿਸੇ ਦੀ ਅੰਨੀ ਵਿਰੋਧਤਾ ਕਰਦਾ ਹੋ ਸਕਦਾ ਆਪਣੇ ਪਰਿਵਾਰ ਦੇ ਵਿੱਚ ਵੀ ਇਹੋ ਜਿਹਾ ਕੋਈ ਨਾ ਕੋਈ ਮੈਂਬਰ ਹੋਵੇ ਜਿਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਕਿ ਬਾਹਰਲੇ ਪਾਸੇ ਕੀ ਕਰਦਾ ਮੈਂ ਨਹੀਂ ਕਹਿਣਾ ਵੀ ਹਰਪ੍ਰੀਤ ਸਿੰਘ ਹੋਰੀ ਨਸ਼ੇ ਕਰਦੇ ਆ ਨਹੀਂ ਕਰਦੇ ਵੇਚਦੇ ਨਹੀਂ ਵੇਚਦੇ ਮੈਂ ਕੁਝ ਨਹੀਂ ਕਹਿਦਾ ਇਸ ਮਸਲੇ ਤੇ ਪਰ ਹੋ ਸਕਦਾ ਵੀ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਪਤਾ ਹੀ ਨਾ ਹੋਵੇ ਹਰਪ੍ਰੀਤ ਸਿੰਘ ਹੋਰੀ ਕੀ ਕਰਦੇ ਆ ਤੇ ਹੋ ਸਕਦਾ ਇਹ ਦੋਸ਼ ਝੂਠਾ ਹੋਵੇ ਤੇ ਹੋ ਸਕਦਾ ਸੱਚਾ ਵੀ ਹੋਵੇ ਕੁਝ ਨਹੀਂ ਕਹਿ ਸਕਦੇ ਪਰ ਜੇ ਆਪਾਂ ਨੇ ਪਰਿਵਾਰ ਦਾ ਕੋਈ ਜੀ ਆਪਣੇ ਟੱਬਰ ਦਾ ਕੋਈ ਜੀ ਨਸ਼ਾ ਵੇਚਦਾ ਜਾਂ ਕਰਦਾ ਹੋਵੇ ਤੇ ਸਾਨੂੰ ਵੀ ਕਿਹੜਾ ਸਾਰੀ ਗੱਲ ਦਾ ਪਤਾ ਹੁੰਦਾ ਇਹਦੇ ਵਿੱਚ ਅਮਰਤਪਾਲ ਸਿੰਘ ਦਾ ਕੋਈ ਕਸੂਰ ਨਹੀਂ ਆ ਅਮਰਤਪਾਲ ਸਿੰਘ ਦੇ ਵਿੱਚ 100 ਐਬ ਹੋ ਸਕਦੇ ਆ ਗਲਤ ਕਈ ਵਾਰ ਤੇ ਹੋ ਸਕਦਾ ਪਰ ਜੇ ਉਹਦਾ ਭਰਾ ਸੱਚੀ ਮੁਚੀ ਜੇਕਰ ਮੈਂ ਕਹਿੰਨਾ ਜੇਕਰ ਨਸ਼ਾ ਕਰਦਾ ਹੋਵੇ ਜਾਂ ਵੇਚਦਾ ਹੋਵੇ ਜਾਂ ਕੁਝ ਵੀ ਕਰਦਾ ਹੋਵੇ ਉਹਦੇ ਵਿੱਚ ਅਮਰਤਪਾਲ ਦਾ ਕੀ ਕਿ ਸੂਰਤ ਡੇਬਰੂਗੜੀ ਜੇਲ੍ਹ ਦੇ ਵਿੱਚ ਬੈਠਾ ਸੋ ਇਸ ਖਬਰ ਨੂੰ ਤਾਂ ਕਰਕੇ ਮੀਡੀਆ ਦੇ ਵੱਲੋਂ ਬਹੁਤ ਵੱਡੇ ਪੱਧਰ ਤੇ ਖਾਸ ਕਰਕੇ ਨੈਸ਼ਨਲ ਮੀਡੀਆ ਨੇ ਦਿਖਾਇਆ ਵੀ ਉਹ ਅਮਰਤਪਾਲ ਦਾ ਭਰਾ ਤੇ ਅਮਰਤਪਾਲ ਲੋਕ ਕਹਿੰਦੇ ਜੀ ਕਿ ਇਹ ਤਾਂ ਜੀ ਇਸ ਵੇਲੇ ਖਾਲਸਤਾਨੀ ਆ ਅਮਰਤਪਾਲ ਤਾਂ ਕਹਿੰਦੇ ਜੀ ਦੇਸ਼ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਕੁਹਰਾ ਮਚਾਉਣਾ ਚਾਹੁੰਦਾ ਨੈਸ਼ਨਲ ਮੀਡੀਆ ਦਾ ਵੱਡਾ ਹਿੱਸਾ ਇਹ ਗੱਲ ਕਹਿੰਦਾ ਇਸ ਕਰਕੇ ਉਹਨਾਂ ਨੇ ਇਸ ਖਬਰ ਨੂੰ ਨੁਕਤਾ ਬਣਾ ਕੇ ਚੁੱਕਿਆ ਕਿ ਜਿਨੇ ਨਸ਼ਾ ਛਡਾਉਣ ਦੀ ਮੁਹੰਮਦੀ ਗੱਲ ਕੀਤੀ ਉਹਦਾ ਭਰਾ ਆਪ ਨਸ਼ੇ ਕਰਦਾ ਨਿਸ਼ਾ ਕਰਨ ਦੀ ਤਿਆਰੀ ਕਰਨਾ ਪੜਿਆ ਗਿਆ ਮੈਂ ਇਸ ਗੱਲ ਦੇ ਨਾਲ ਅਸਹਿਮਤਾ ਅਸਹਿਮਤ ਇਸ ਕਰਕੇ ਆ ਕਿ ਇਹਦੇ ਵਿੱਚ ਅਮਰਤਪਾਲ ਦਾ ਕੋਈ ਕਸੂਰ ਨਹੀਂ ਆ ਅਮਰਤਪਾਲ ਨੂੰ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ ਬੈਠੇ ਨੂੰ ਤੇ ਹਰਪ੍ਰੀਤ ਸਿੰਘ ਦੇ ਬਾਰੇ ਹੁਣ ਖਬਰ ਆਈ ਹੈ ਇਹਦਾ ਦੂਜਾ ਪੱਖ ਇਹ ਆ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਕਿਹਾ ਕਿ ਮੇਰੇ ਪੁੱਤ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਗਿਆ ਮੇਰਾ ਪੁੱਤ ਜਿਹੜਾ ਉਹ ਤਾਂ ਇੱਕ ਸਮਾਗਮ ਦੇ ਵਿੱਚ ਮੇਰਾ ਖਿਆਲ ਆ ਵੀ ਕੋਈ ਬੰਦੀ ਸਿੰਘਾਂ ਦੇ ਨਾਲ ਸਬੰਧਤ ਕੋਈ ਪ੍ਰੋਗਰਾਮ ਆ ਜਾਂ ਕੋਈ ਹੋਰ ਆ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਘਰੋਂ ਗਿਆ ਆਥਣ ਦੇ ਵੇਲੇ ਉਹਦਾ ਫੋਨ ਬੰਦ ਆਉਣਾ ਸ਼ੁਰੂ ਹੋ ਗਿਆ ਫਿਰ ਸਾਨੂੰ ਖਬਰਾਂ ਦੇ ਰਾਹੀਂ ਇਹ ਪਤਾ ਲੱਗਾ ਜੀ ਕਿ ਉਹ ਤਾਂ ਨਸ਼ੀਲੇ ਪਦਾਰਥ ਸਮੇਤ ਫੜਿਆ ਗਿਆ ਪੁਲਿਸ ਸਰਕਾਰ ਸਾਡੀ ਕਿਰਦਾਰ ਕੁਸ਼ੀ ਕਰਨਾ ਚਾਹੁੰਦੀ ਹੈ ਪੁਲਿਸ ਦੇ ਵੱਲੋਂ ਸਾਡੇ ਨਾਲ ਜ਼ਿਆਦਤੀ ਕੀਤੀ ਜਾ ਰਹੀ ਹੈ ਪੁਲਿਸ ਸਾਨੂੰ ਬਦਨਾਮ ਕਰਨਾ ਚਾਹੁੰਦੀ ਹੈ ਉਹਨਾਂ ਨੇ ਇਹ ਗੱਲ ਕਹੀ ਦੋਸ਼ ਲਾਇਆ ਉਹ ਕਹਿੰਦੇ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਉਂਦੇ ਸਮੇਂ ਤੇ ਹੋ ਜਾਣਾ ਕਿ ਸੱਚੀ ਮੁੱਚੀ ਹਰਪ੍ਰੀਤ ਸਿੰਘ ਨਸ਼ਾ ਦੇ ਮਾਮਲੇ ਦੇ ਵਿੱਚ ਲਿਪਤ ਹੋਊਗਾ ਕਿ ਸੱਚੀ ਮੁੱਚੀ ਹਰਪ੍ਰੀਤ ਸਿੰਘ ਸਾਥੀਆਂ ਦੇ ਸਮੇਤ ਨਸ਼ਾ ਕਰਦਾ ਹੋਊਗਾ ਕੀ ਉਹ ਸੱਚੀ ਮੁੱਚੀ ਸੜਕ ਦੇ ਉੱਤੇ ਬੈਠ ਕੇ ਕੰਡੇ ਦੇ ਉੱਤੇ ਗੱਡੀ ਖੜਕੀ ਖੜੀ ਕਰਕੇ ਨਸ਼ਾ ਕਰਦਾ ਹੋਊਗਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਆ ਵੀ ਭਾਈ ਮੋੜ ਘੇੜ ਵਾਲੀ ਗੱਲ ਤਾਂ ਕੋਈ ਹੋਰ ਹੋਣੀ ਆ ਕੁਝ ਲੋਕ ਇਹ ਗੱਲ ਕਹਿੰਦੇ ਵੀ ਪਾਈਆ ਸੱਚੀ ਵੀ ਹੋ ਸਕਦੀ ਜਿੰਨੇ ਮੂੰਹ ਤੇ ਉਹਨੀਆਂ ਗੱਲਾਂ ਜੇ ਤਾਂ ਕੋਈ ਸ਼ੁਭਚਿੰਤਕਾ ਅਮਰਤਪਾਲ ਦਾ ਉਹ ਇਹ ਗੱਲ ਕਹਿੰਦਾ ਵੀ ਨਿਰਗ ਪੌੜ ਛੱਡਿਆ ਜੇਕਰ ਕੋਈ ਦੁਰਚਿੰਤਕ ਆ ਉਹ ਇਹ ਗੱਲ ਕਹਿੰਦਾ ਵਧੀਆ ਹੋਇਆ ਜੀ ਕਰਦੇ ਹੋਣਗੇ ਨਸ਼ਾ ਪਰ ਨਿਰਪੱਖਤਾ ਵਾਲੇ ਬੰਦੇ ਜਿਹੜੇ ਉਹ ਇਹ ਗੱਲ ਕਹਿੰਦੇ ਵੀ ਤੇਲ ਤੇ ਤੇਲ ਦੀ ਧਾਰਵੇਂ ਨਹੀਂ ਆ ਨਾ ਕਿਸੇ ਦੀ ਅੰਨੀ ਭਗਤੀ ਕਰਨੀ ਤੇ ਨਾ ਕਿਸੇ ਦੀ ਅੰਨੀ ਵਿਰੋਧਤਾ ਕਰਨੀ ਚਾਹੀਦੀ ਆ ਸਮਾ ਰਸੂਗਾ ਬਣਦਾ ਕੀ ਆ ਕਿਸੇ ਦੇ ਬਾਰੇ ਕੋਈ ਕਿਸੇ ਨੂੰ ਗਿਆਨ ਨਹੀਂ ਆਪਦੇ ਟੱਬਰ ਦੇ ਜੀਆ ਦੇ ਬਾਰੇ ਨਾਲ ਦੇ ਜੰਮੇ ਦੇ ਬਾਰੇ ਪਤਾ ਨਹੀਂ ਹੁੰਦਾਗਾ ਵੀ ਭਾਈ ਉਹ ਕੀ ਕਰ ਰਿਹਾ ਹੋ ਤੇ ਕੀ ਨਹੀਂ ਕਰ ਰਿਹਾ ਹੋ ਪਰ ਹਾਂ ਇੰਨੀ ਗੱਲ ਜ਼ਰੂਰ ਆ ਕਿ ਅਮਰਤਪਾਲ ਸਿੰਘ ਜੇਲ੍ਹ ਚੋਂ ਬਾਹਰ ਆਵੇ ਇਸ ਗੱਲ ਦੀ ਮੰਗ ਵੱਡੀ ਗਿਣਤੀ ਦੇ ਵਿੱਚ ਲੋਕ ਕਰ ਰਹੇ ਆ ਉਹ ਕਦੋਂ ਬਾਹਰ ਆਉਂਦੇ ਆ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਬੜੀ ਹੈਰਾਨੀ ਵਾਲੀ ਬੜੇ ਦੁੱਖ ਵਾਲੀ ਬੜੀ ਸੋਚਣ ਵਾਲੀ ਤੇ ਬੜੀ ਸਮਝਣ ਤੇ ਸਮਝਾਉਣ ਵਾਲੀ ਖਬਰ ਹੈ ਜਿਹੜੀ ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਤੇ ਪ੍ਰਿੰਟ ਮੀਡੀਆ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਉਭਰੀ ਆ ਪੰਜਾਬੀ ਟਰਬਿਨ ਦੇ ਵਿੱਚ ਰਿਪੋਰਟ ਲੱਗੀ ਆ ਚਰਨਜੀਤ ਸਿੰਘ ਪੁੱਲਰ ਹੋਰਾਂ ਦੇ ਵੱਲੋਂ ਇਹ ਰਿਪੋਰਟ ਕੱਢ ਕੇ ਲਿਆਂਦੀ ਗਈ ਆ ਬਹੁਤ ਵਧੀਆ ਬਹੁਤ ਵਧੀਆ ਸ਼ਬਦ ਮੈਂ ਤਾਂ ਵਰਤਣਾ ਵੀ ਇਹੋ ਜੀ ਖੋਜੀ ਗੱਲ ਬਾਹਰ ਆਉਣੀ ਚਾਹੀਦੀ ਆ ਪੰਜਾਬ ਦੇ ਵਿੱਚ ਨਸ਼ਾ ਪੀੜਤਾ ਨੂੰ ਜੇਕਰ ਅਸੀਂ ਨਸ਼ੇੜੀ ਕਹਿ ਦਈਏ ਕਈ ਲੋਕ ਲੀੜੇ ਪਾੜ ਨੂੰ ਆਉਂਦੇ ਲੈ ਕਿਸੇ ਦੇ ਪੁੱਤ ਨੂੰ ਕਿਸੇ ਦੀ ਧੀ ਨੂੰ ਨਸ਼ੇੜੀ ਕਿਵੇਂ ਕਿਹਾ ਤੇ ਹੋਰ ਆਪਾਂ ਕੀ ਸ਼ਬਦ ਵਰਤ ਕੇ ਦੱਸ ਦਿਓ ਨਸ਼ਾ ਪੀੜਤ ਵਰਤੀਏ ਕਈ ਲੋਕ ਕਹਿਣਗੇ ਆਵਾਰਾ ਪਸ਼ੂ ਕਿਉਂ ਕਹਿੰਦੇ ਬੇਸਹਾਰਾ ਜਾਨਵਰ ਕਹੋ ਕਈ ਲੋਕਾਂ ਨੇ ਵੀ ਮਾਰ ਲਈ ਦਾ ਢੋਡੀ ਇਹਨਾਂ ਨੇ ਕਿਸੇ ਨੂੰ ਬਰਬਾਦ ਹੀ ਕਰਨਾ ਇਹਨਾਂ ਨੇ ਤੇ ਕੋਈ ਵੀ ਸ਼ਬਦ ਵਰਤ ਲੋ ਉਸੇ ਤਰੀਕੇ ਨਾਲ ਨਸ਼ੇ ਪੱਟੇ ਕਹੋ ਨਸ਼ੇ ਦੇ ਪੀੜਤ ਕਹੋ ਨਸ਼ੇੜੀ ਕਹੋ ਗੱਲ ਤਾਂ ਮੁੜ ਘੜ ਕੇ ਉੱਥੇ ਹੀ ਆਉਣੀ ਤਾਂ ਮੇਰੀ ਬੇਨਤੀ ਇਹ ਆ ਵੀ ਇਹਨਾਂ ਗੱਲਾਂ ਦਾ ਬੁਰਾ ਬਣਾਉਣ ਦੀ ਥਾਂ ਦੇ ਉੱਤੇ ਨਸ਼ਾ ਕਰਨ ਦਾ ਬੁਰਾ ਬਣਾइए ਨਸ਼ਾ ਕਰਵਾਉਣ ਦਾ ਬੁਰਾ ਬਣਾइए ਸਮਝਾਉਣ ਦੀ ਥਾਂ ਦੇ ਉੱਤੇ ਸਮਝিয়ে ਕਿ ਭਾਈ ਸਾਡੇ ਬਾਰੇ ਗੱਲ ਛਿੜਦੀ ਕਿਉਂ ਆ ਜਿਹੜੇ ਬੰਦੇ ਨੂੰ ਆਪਣੀ ਮਾਂ ਤੇ ਬਾਪ ਤੇ ਪਰਿਵਾਰ ਦੇ ਜੀ ਨਹੀਂ ਦਿਸਦੇ ਜਿਹੜੇ ਬੰਦੇ ਨੂੰ ਆਪਦੇ ਘਰ ਦੇ ਵਿੱਚ ਕਿਹੋ ਜੀ ਗਰੀਬੀ ਆ ਤੇ ਸਾਡੇ ਸਿਰ ਕਰਜ਼ਾ ਕੀ ਆ ਤੇ ਅਮਰੀਕਾ ਜ਼ਿੰਮੇਵਾਰੀਆਂ ਕੀ ਆ ਇਹ ਨਹੀਂ ਦੱਸਦੀਆਂ ਉਹ ਪੰਜਾਬ ਦਾ ਵਾਸੀ ਹੋ ਹੀ ਨਹੀਂ ਸਕਦਾ ਉਹ ਤਾਂ ਮੈਂ ਸੋਚਦਾ ਧਰਤੀ ਦੇ ਉੱਤੇ ਭਾਰ ਬਣਿਆ ਪਿਆ ਉਹ ਕਾਰਨ ਹੀ ਹੈ ਜਿ ਕਿ ਕੱਲੇ-ਕੱਲੇ ਬੰਦੇ ਨੇ ਪੰਜਾਬ ਨੂੰ ਬਚਾਉਣਾ ਕੱਲਾ-ਕੱਲਾ ਬੰਦਾ ਪੰਜਾਬ ਦੀ ਜ਼ਿੰਮੇਵਾਰੀ ਲਵੇ ਹੁਣ ਇਹ ਠੇਕਾ ਥੋੜੀ ਲਿਆਵੇ ਕਿਸੇ ਨੇ ਇੱਕ ਧਿਰ ਗੱਲ ਕਰੂਗੀ ਪੰਜਾਬ ਬਚਾਓ ਪੰਜਾਬ ਬਚਾਓ ਬਚਾਓ ਪੰਜਾਬ ਬਚਾਓ ਤੇ 20 13 ਉਹਦੇ ਚ ਨੁਕਸ ਕੱਢਣ ਲੱਗ ਜਾਨੇਗਾ ਲੈ ਇਹ ਬਚਾਉ ਹੁਣ ਪੰਜਾਬ ਇਹ ਦੇਉ ਹੁਣ ਹੁੱਕਾ ਆਜੋ ਕੱਲਾ ਕੱਲਾ ਬੰਦਾ ਆਪਾਂ ਪੰਜਾਬ ਬਚਾਈਏ ਜੇ ਤੁਹਾਨੂੰ ਆਪਣਾ ਮਾਂ ਬਾਪ ਨਹੀਂ ਦੱਸਦਾ ਤੁਹਾਨੂੰ ਪਿੰਡ ਸਵਾ ਦੱਸਣਾ ਜੇ ਤੁਹਾਨੂੰ ਪਿੰਡ ਨਹੀਂ ਦੱਸਦਾ ਤੁਹਾਨੂੰ ਪੂਰਾ ਪੰਜਾਬ ਸਵਾ ਦੱਸਣਾ ਤੁਹਾਨੂੰ ਨਹੀਂ ਦੱਸੂਗਾ ਆਜੋ ਆਪਾਂ ਇਸ ਗੱਲ ਦੇ ਉੱਤੇ ਗੌਰ ਕਰੀਏ ਕਿ ਅਸੀਂ ਗਲਤ ਹਾਂ ਅਸੀਂ ਗਲਤ ਸਾਂ ਅਸੀਂ ਸਹੀ ਹੋਣਾ ਹੈ ਇਸ ਗੱਲ ਦੇ ਬਾਰੇ ਆਪਾਂ ਗੌਰ ਕਰਨੀ ਸ਼ੁਰੂ ਕਰ ਗਏ ਜਿਹੜੀ ਕਿ ਪੰਜਾਬੀਗਾਂ ਨੇ ਕੀਤੀ ਨਹੀਂ ਸਾਨੂੰ ਦੁੱਖ ਹੈ ਇਸ ਵੇਲੇ ਕਿ ਪੰਜਾਬ ਦੀ ਜਵਾਨੀ ਦਾ ਵੱਡਾ ਹਿੱਸਾ ਨਸ਼ਾ ਕਰਦਾ ਪੰਜਾਬ ਦੀ ਜਵਾਨੀ ਜਿਹੜੀ ਉਹ ਦਾ ਵੱਡਾ ਹਿੱਸਾ ਇਸ ਵੇਲੇ ਨਸ਼ੇ ਕਰਨ ਦੇ ਚੱਕਰ ਦੇ ਵਿੱਚ ਬੜਾ ਕੁਝ ਗਲਤ ਕਰਦਾ ਅਪਰਾਧ ਕਰਦਾ ਲੁਟਕੁਹਾ ਕਰਦਾ ਬੜਾ ਕੁਝ ਕਰਦਾ ਪਰ ਇਹ ਜਵਾਨੀ ਆਪਣਾ ਫੈਸਲਾ ਆਪ ਕਰੇ ਕਿਸੇ ਨੇ ਨਹੀਂ ਕਰਨਾ ਕਿ ਭਾਈ ਅਸੀਂ ਇਸ ਰਾਹ ਤੋਂ ਪਰੇ ਹੋਣਾ ਅਸੀਂ ਆਪਣੀ ਜ਼ਿੰਦਗੀ ਨੂੰ ਸੱਚਜੇ ਤਰੀਕੇ ਨਾਲ ਜਿਉਣਾ ਅਸੀਂ ਗਲਤ ਕੰਮ ਨਹੀਂ ਕਰਨਾ ਅਸੀਂ ਆਪਣੇ ਘਰ ਦੀ ਇੱਜ਼ਤ ਆਬਰੂ ਬਚਾਉਣੀ ਆ ਰਿਪੋਰਟ ਕੀ ਕਹਿੰਦੀ ਆ ਰਿਪੋਰਟ ਇਹ ਗੱਲ ਕਹਿੰਦੀ ਆ ਕਿ ਪੰਜਾਬ ਦੇ ਜਿਹੜੇ ਨਸ਼ੇ ਪੱਟੇ ਲੋਕ ਨੇ ਉਹ ਪਿਛਲੇ 5.5 ਵਰਿਆਂ ਦੇ ਵਿੱਚ 500 ਕਰੋੜ ਰੁਪਏ ਤੋਂ ਵੱਧ ਦੀਆਂ ਬੁਪਰੋ ਨੋਰਫਿਨ ਤੇ ਕਈ ਹੋਰ ਗੋਲੀਆਂ ਜੜੀਆਂ ਨਸ਼ੇ ਦੀ ਤਲਬ ਘਟਾਉਣ ਵਾਲੀਆਂ ਓਖਾ ਗਏ ਆ 500 ਕਰੋੜ ਰੁਪਏ ਤੋਂ ਵੱਧ ਦੀਆਂ ਗੋਲੀਆਂ ਖਾ ਗਏ ਆ ਪੰਜਾਬ ਦੇ ਨਸ਼ੇ ਪੱਟੇ ਨਸ਼ੇੜੀ ਜਿਹੜੇ ਨਸ਼ੇ ਦੀ ਲਤ ਨਾਲ ਜੁੜੇ ਹੋਏ ਆ 500 ਕਰੋੜ ਰੁਪਏ ਤੋਂ ਵੱਧ ਦੀਆਂ ਉਹ ਗੋਲੀਆਂ ਖਾ ਗਏ ਆ ਨਸ਼ੇ ਦੀ ਤਲਬ ਘਟਾਉਣ ਵਾਲੀਆਂ ਜਿਵੇਂ ਆਪਾਂ ਪਸ਼ੂ ਨੂੰ ਕੋਈ ਝਾਟ ਤੇ ਨਹੀਂ ਲਾ ਲੈਂਦੇ ਵੀ ਭਾਈ ਜੇਕਰ ਉਹਨੂੰ ਚੋਣਾ ਪਧਾਰਨ ਦਿੰਦਾ ਮੈਂ ਇਕ ਜਦੋਂ ਆਪਾਂ ਪਸ਼ੂ ਨੂੰ ਚੋਣਾ ਹੋਵੇ ਤੇ ਪਸ਼ੂ ਮਾਰਨਾ ਹੋਵੇ ਛੜਾ ਤੇ ਆਪਾਂ ਉਹਨੂੰ ਝਾਟ ਤੇ ਲਾ ਲੈਂਦੇ ਵੀ ਭਾਈ ਧੂੜਾ ਪਾਓ ਇਹਨੂੰ ਤੇ ਜਿਸ ਦਿਨ ਧੂੜਾ ਨਾ ਪਾਵੇ ਤੇ ਫਿਰ ਉਹ ਲੱਤ ਮਾਰਦਾ ਬਾਲਟੀ ਦੇ ਵਿੱਚ ਤਾਂ ਬਾਲਟੀ ਉਹ ਜਾਂਦੀ ਆ ਇਹ ਜਿਹੜੇ ਨਸ਼ੇ ਦੇ ਉੱਤੇ ਲੱਗ ਗਏ ਬੁਪਰੋ ਨੋਰਫਿਨ ਦੀ ਗੋਲੀ ਦੇ ਕਰਕੇ ਇਹ ਹੁਣ ਇਸ ਲੱਤ ਦੇ ਉੱਤੇ ਲੱਗ ਗਏ ਆ ਨਸ਼ਾ ਛਡਾਉਂਦੇ ਛਡਾਉਂਦੇ ਤਲਬ ਘਟਾਉਂਦੇ ਘਟਾਉਂਦੇ ਆਪਾਂ ਇਧਰਲੇ ਪਾਸੇ ਲਾ ਲੇ ਗੋਲੀ ਦੇ ਉੱਤੇ ਜੇ ਹੁਣ ਗੋਲੀ ਤੋਂ ਖੜਾ ਕੌਣ ਛੜਾਊਗਾ ਸਵਾਲ ਇਹ ਆ ਹੁਣ ਇਹ ਦੱਸੋ ਵੀ ਇੰਨਾ ਗੋਲੀਆਂ ਦਾ ਜਿਹਦਾ ਕਾਰੋਬਾਰ ਚੱਲ ਪਿਆ ਇਹਨਾਂ ਤੋਂ ਪੰਜਾਬੀਆਂ ਨੂੰ ਬਚਾਊ ਕੌਣ ਇੱਕ ਪਾਸੇ ਤਾਂ ਆਪਾਂ ਕਹਿੰਦਾ ਵੀ ਭਾਈ ਨਸ਼ੇ ਘਟਾਤੇ ਨਸ਼ੇ ਘਟਾਤੇ ਉਹ ਘਟੇ ਵੀ ਨਹੀਂ ਕੀ ਪੰਜਾਬ ਦੇ ਵਿੱਚ ਨਸ਼ਿਆਂ ਦੀ ਓਵਰਡੋਸ ਦੇ ਕਰਕੇ ਮਰਨ ਵਾਲੇ ਦੀ ਗਿਣਤੀ ਘਟੀ ਹੈ ਨਹੀਂ ਘਟੀ ਕੀ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੀ ਗਿਣਤੀ ਘਟੀ ਹੈ ਨਹੀਂ ਘਟੀ ਕੀ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਪਾਰਕਾਂ ਦੇ ਵਿੱਚ ਸੱਥਾਂ ਦੇ ਵਿੱਚ ਸੁਨਸਾਨ ਥਾਵਾਂ ਤੇ ਸ਼ਮਸ਼ਾਨ ਘਾਟਾਂ ਦੇ ਵਿੱਚ ਮੁੰਡੇ ਉਹ ਲੱਪਣੇ ਬੰਦ ਹੋ ਗਏ ਆ ਜਿਨ੍ਹਾਂ ਦੇ ਨਾੜਾਂ ਦੇ ਵਿੱਚ ਸਰੀਂਜਾਂ ਲੱਗੀਆਂ ਤੇ ਮਰੇ ਪਏ ਆ ਉਹ ਵੀ ਸਾਰਾ ਕੁਝ ਚੱਲਦਾ ਮੈਂ ਆ ਰਿਪੋਰਟ ਪੜ੍ਹ ਕੇ ਹੈਰਾਨ ਹੋ ਗਿਆ ਕਿ ਪੰਜਾਬ ਦੇ ਵਿੱਚ 550 ਕਰੋੜ ਰੁਪਏ ਦੀਆਂ ਗੋਲੀਆਂ ਜਿਹੜੀਆਂ 55 ਵਰਿਆਂ ਦੇ ਵਿੱਚ ਨਸ਼ੇ ਦੇ ਝੰਬੇ ਹੋਏ ਲੋਕਾ ਗਿਆ ਹੋਰ ਕਮਾਲ ਦੀ ਗੱਲ ਦੇਖੋ 127 ਕਰੋੜ ਤੇ 64 ਲੱਖ ਗੋਲੀਆਂ ਛੱਕ ਗਏ ਇਹ 127 ਕਰੋੜ ਤੇ 64 ਲੱਖ ਗੋਲੀਆਂ ਪੰਜਾਬ ਦੇ ਨਸ਼ਾ ਪੀੜਤ ਜਿਹੜੇ ਲੋਕ ਆ ਉਹ ਸਰਕਾਰੀ ਤੇ ਗੈਰ ਸਰਕਾਰੀ ਨਸ਼ਾ ਛਡਾਊ ਕੇਂਦਰਾਂ ਦੇ ਵਿੱਚੋਂ ਖਾਗੇ ਆ ਇੱਕ ਹੋਰ ਅਗਲੀ ਜਾਣਕਾਰੀ ਆ 2019 ਦੇ ਵਿੱਚ 20 ਕਰੋੜ ਤੇ 97 ਲੱਖ ਰੁਪਏ ਦੀਆਂ ਗੋਲੀਆਂ ਜਿਹੜੀਆਂ ਬੁਪਰੋ ਨੋਰਫਿਨ ਸਮੇਤ ਹੋਰ ਗੋਲੀਆਂ ਇਹਨਾਂ ਦੀ ਖਰੀਦ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਖਜ਼ਾਨੇ ਵਿੱਚੋਂ 2020 ਦੇ ਵਿੱਚ 56 ਕਰੋੜ ਤੇ 81 ਲੱਖ ਰੁਪਏ ਦੀਆਂ ਗੋਲੀਆਂ ਖਰੀਦੀਆਂ ਗਈਆਂ 2021 ਦੇ ਵਿੱਚ 34 ਕਰੋੜ ਤੇ 80 ਲੱਖ ਰੁਪਏ ਦੀਆਂ ਗੋਲੀਆਂ ਖਰੀਦੀਆਂ ਗਈਆਂ 200 ਤੇ 22 ਦੇ ਵਿੱਚ 83 ਕਰੋੜ ਤੇ 98 ਲੱਖ ਰੁਪਏ ਦੀਆਂ ਗੋਲੀਆਂ ਖਰੀਦੀਆਂ ਗਈਆਂ ਤੇ 2023 ਦੇ ਵਿੱਚ 85 ਕਰੋੜ ਤੇ 95 ਲੱਖ ਰੁਪਏ ਦੀਆਂ ਭਾਈ ਗੋਲੀਆਂ ਖਰੀਦੀਆਂ ਗਈਆਂ ਤੇ ਆਪਾਂ ਕਹਿੰਦੇ ਪੰਜਾਬ ਨਸ਼ਾ ਮੁਕਤ ਹੋ ਚੁੱਕਾ ਹੈ ਨਸ਼ਾ ਮੁਕਤ ਹੋ ਰਿਹਾ ਹੈ ਤਸਕਰ ਮੈਦਾਨ ਛੱਡ ਕੇ ਭੱਜ ਗਏ ਹਨ ਪੰਜਾਬ ਦੀ ਜਵਾਨੀ ਸਿੱਧੇ ਰਾਹ ਦੇ ਉੱਤੇ ਚੱਲ ਰਹੀ ਹੈ ਕਦੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਾ ਕੇ ਤਾਂ ਦੇਖੀਏ ਬਣਦਾ ਕੀ ਆ ਪ੍ਰਾਈਵੇਟ ਜਾਂ ਸਰਕਾਰੀ ਦੇ ਵਿੱਚ ਕਦੇ ਜਾ ਕੇ ਦੇਖੋ ਜਦੋਂ ਸਾਡੇ ਗੁਰੂਆਂ ਪੀਰਾਂ ਫਕੀਰਾਂ ਦੇ ਬਰੋਸਾਏ ਹੋਏ ਪੰਜਾਬ ਦੇ ਵਿੱਚ ਕੁੜੀਆਂ ਲਈ ਔਰਤਾਂ ਲਈ ਵੱਖਰੇ ਨਸ਼ਾ ਛਡਾਊ ਕੇਂਦਰ ਬਣਾਉਣੇ ਪਏ ਆ ਤੇ ਪੰਜਾਬ ਕਿਹੜੇ ਪਾਸੇ ਨੂੰ ਗਿਆ ਇਹਦੇ ਬਾਰੇ ਕੁਝ ਕਹਿਣ ਦੀ ਦੱਸਣ ਦੀ ਪੁੱਛਣ ਦੀ ਲੋੜ ਨਹੀਂ ਸਾਰਿਆਂ ਦਾ ਸਿਰ ਹੈਗਾ ਦਿਮਾਗ ਹੈਗਾ ਸ਼ਾਇਰ ਉਹਦੀ ਵਰਤੋਂ ਕਰਕੇ ਆਪ ਸਮਝ ਸਕਦੇ ਗੱਲ ਨੂੰ ਵੀ ਗੰਭੀਰਤਾ ਕਿੰਨੀ ਵੱਡੀ ਆ ਹੁਣ ਗੱਲ ਇਹ ਨਹੀਂ ਵੀ ਭਾਈ ਇਹ ਨਸ਼ੇ ਦੀਆਂ ਗੋਲੀਆਂ ਖਾਈ ਜਾਂਦੇ ਆ ਅਸਲ ਦੇ ਵਿੱਚ ਇਹ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਿਹੜੀਆਂ ਗੋਲੀਆਂ ਮਿਲਦੀਆਂ ਇਹਦਾ ਵੀ ਕਾਰੋਬਾਰ ਚੱਲ ਪਿਆ ਪਿਛਲੇ ਦਿਨੀ ਅਸੀਂ ਖਬਰ ਸਾਂਝੀ ਕੀਤੀ ਸੀ ਇੱਕ ਨਸ਼ਾ ਛਡਾਊ ਕੇਂਦਰ ਦੀ ਇੱਥੇ ਨਾ ਹੁਣ ਕਾਰਡ ਬਣਦੇ ਆ ਨਸ਼ਿਆਂ ਵਾਲਿਆਂ ਦੇ ਉਹ ਕਾਰਡ ਦੇ ਆਧਾਰ ਤੇ ਗੋਲੀ ਮਿਲਦੀ ਪਹਿਲਾਂ ਮਿਲਦੀ ਹੁੰਦੀ ਸੀ ਇੱਕ ਦਿਨ ਦੀ ਇੱਕ ਗੋਲੀ ਹੁਣ 7 ਦਿਨਾਂ ਦੀਆਂ 7 ਗੋਲੀਆਂ ਇਕੱਠੀਆਂ ਮਿਲ ਜਾਂਦੀਆਂ ਕਈ ਲੋਕ ਐਸੇ ਵੀ ਕਾਰਡ ਬਣਾਈ ਬੈਠੇ ਆ ਜਿਹੜੇ ਨਸ਼ਾ ਨਹੀਂ ਕਰਦੇ ਪਰ ਉਹ ਗੋਲੀ ਦਾ ਕਾਰੋਬਾਰ ਕਰਨ ਲੱਗੇ ਉਦਾਹਰਨ ਦੇ ਤੌਰ ਤੇ ਉੱਤੇ ਕਿਸੇ ਬੰਦੇ ਨੇ ਕਾਰਡ ਬਣਾ ਲਿਆ ਮਿਲ ਮਲਾ ਕੇ ਉਹ 7 ਗੋਲੀਆਂ ਲਿਆਉਂਦਾ ਬਾਹਰ ਉਹ ਆ ਕੇ ਬਲੈਕ ਕਰਦਾ 250 3 300 ਰੁਪਏ ਚੱਕ ਗੋਲੀ ਵੇਚਦਾ ਹੁਣ ਜਿਹੜੇ ਨਸ਼ੇੜੀ ਆ ਮਰਨੇ ਤਾਂ ਚਲੋ ਉਹਨਾਂ ਦੇ ਆਪਦੇ ਇਰਾਦੇ ਹੀ ਆ ਹੁਣ ਹੁਣ ਕੀ ਬੰਦਾ ਢਾਕੇ ਕੀ ਦਾ ਕੀ ਕਰ ਸਕਦਾ ਜੇ ਉਹਨਾਂ ਨੂੰ ਆਪ ਨੂੰ ਮੌਤ ਸੁਝਦੀ ਆ ਤੇ ਫੇਰ ਕੋਈ ਕਿਸੇ ਦਾ ਕੀ ਸਵਾਰ ਵੀ ਕੀ ਸਕਦਾ ਹੁਣ ਨਸ਼ਾ ਕਰਨ ਦੇ ਨਾਲ ਨਾਲ ਟੀਕਾ ਲਾਉਣ ਦੇ ਨਾਲ ਨਾਲ ਇਸ ਗੋਲੀ ਦੀ ਵਰਤੋਂ ਵੀ ਕਰਨ ਲੱਗੇ ਆ ਨਸ਼ਾ ਛਡਾਉਣ ਵਾਲੀ ਗੋਲੀ ਆ ਇਸ ਗੋਲੀ ਦੀ ਵਰਤੋਂ ਨਸ਼ੇ ਦੀ ਥਾਂ ਤੇ ਕਰਨ ਲੱਗ ਪਿਆ ਵੀ ਭਾਈ ਚਲੋ ਤਲਬ ਮੁਕਦੀ ਨਹੀਂਗੀ ਦੋ ਗੋਲੀਆਂ ਇਕੱਠੀਆਂ ਲੈਣੇ ਆ ਤਿੰਨ ਗੋਲੀਆਂ ਇਕੱਠੀਆਂ ਲੈਣੇ ਆ ਤੇ ਇਸ ਗੋਲੀ ਦਾ ਕਾਰੋਬਾਰ ਆ ਜਿਹੜਾ ਉਹ ਵੱਡੇ ਪੱਦਰ ਦੇ ਉੱਤੇ ਹੋਣ ਲੱਗ ਪਿਆ ਹੁਣ ਇਸ ਗੋਲੀ ਦੀ ਦੁਰਵਰਤੋਂ ਦਾ ਕੰਮ ਸ਼ੁਰੂ ਹੋ ਗਿਆ। ਸੋ ਪੰਜਾਬ ਦਾ ਭਾਈ ਅੱਲਾ ਹੀ ਬੇਲੀ ਆ। ਪੰਜਾਬ ਦਾ ਵਾਹਿਗੁਰੂ ਹੀ ਰਾਖਾ। ਪਤਾ ਨਹੀਂ ਪੰਜਾਬ ਦਾ ਬਣੂਗਾ ਕੀ। ਮੈਂ ਕੋਈ ਨੈਗੇਟਿਵ ਗੱਲ ਇਹ ਨਹੀਂ ਕਰਦਾ ਵੀ ਭਾਈ ਪੰਜਾਬ ਦੇ ਵਿੱਚ ਆ ਵੀ ਹੋ ਗਿਆ। ਜੋ ਹੈ ਉਹ ਤਾਂ ਹੈ। ਨਾ ਮੰਨੋ। ਜ਼ਰੂਰੀ ਥੋੜੀ ਮੇਰੀ ਗੱਲ ਬਣਣੀ ਆ। ਪਰ ਪੰਜਾਬ ਦਾ ਜੋ ਬਣ ਗਿਆ ਉਹਦੇ ਬਾਰੇ ਤੁਸੀਂ ਜਾਣਦੇ ਹੋ। ਹਾਂ ਆਪਾਂ ਇਹ ਗੱਲ ਕਹਿ ਲਈਏ ਵੀ ਬਿੱਲੀ ਨੂੰ ਵੇਖ ਕੇ ਕਬੂਤਰ ਅੱਖਾਂੀਆਂ ਬੰਦ ਕਰੀ ਬੈਠੇ। ਬੰਦੇ ਨੇ ਕੋਈ ਨਹੀਂਗਾ ਮੇਰੇ ਸਾਹਮਣੇ। ਉਹ ਤਾਂ ਕੰਮ ਹੋ ਹੀ ਜਾਣਾ ਜਿਹੜਾ ਹੋ ਰਿਹਾ। ਸੋ ਪੰਜਾਬ ਨੂੰ ਬਚਾਈਏ। ਤੇ ਮੇਰੀ ਨਸ਼ਿਆਂ ਦੇ ਮਾਰੇ ਹੋਏ ਲੋਕਾਂ ਨੂੰ ਬੇਨਤੀ ਆ ਵੀ ਕੱਲਾ ਸਰਕਾਰ ਚ ਇਹ ਨੁਕਸ ਕੱਢੀ ਜਾਏਗੀ ਵੀ ਭਾਈ ਸਰਕਾਰ ਗਲਤ ਹੈ ਆਪਾਂ ਸਹੀ ਹਾਂ ਪਰ ਕਈ ਪਰਿਵਾਰਾਂ ਦੇ ਮੈਂਬਰ ਇਹ ਗੱਲ ਕਹਿੰਦੇ ਸਰਕਾਰ ਨੇ ਕੰਮ ਨਹੀਂ ਕੀਤਾ ਉਹਨਾਂ ਨੇ ਨਹੀਂ ਕੀਤਾ ਦੁੱਖ ਹੈ ਇਸ ਗੱਲ ਦਾ ਤਸਕਰ ਘਰ ਘਰ ਤੱਕ ਪਹੁੰਚ ਗਏ ਆ ਹਟੀਆਂ ਤੇ ਨਸ਼ਾ ਵੇਚਣ ਲੱਗ ਪਿਆ ਗੱਲਾਂ ਸੱਚੀਆਂ ਪਰ ਹੱਟੀ ਤੇ ਜਾ ਕੇ ਤਲਬ ਮਟਾਉਣ ਵਾਸਤੇ ਆਪਾਂ ਆਪ ਹੀ ਲਿਆਉਣੇ ਆ ਬੋਤਲ ਦੁੱਧ ਦੀ ਪੀਣੀ ਹੈ ਕਿ ਸ਼ਰਾਬ ਦੀ ਪੀਣੀ ਤੁਹਾਡੀ ਮਰਜ਼ੀ ਆ ਤੁਸੀਂ ਬਾਦਾਮ ਖਾਣੇ ਕਿ ਚਿੱਟੇ ਦੀ ਵਰਤੋਂ ਕਰਨੀ ਮਰਜ਼ੀ ਤੁਹਾਡੀ ਆ ਮੈਂ ਬੜਾ ਹੈਰਾਨ ਹੁੰਨਾ ਇਸ ਗੱਲ ਦੇ ਉੱਤੇ ਕਈ ਬੰਦਿਆਂ ਨੂੰ ਮੇਰੇ ਲੋਕਾਂ ਨੇ ਨਸ਼ੇ ਕੋ ਕਰ ਗਰੀਬੀ ਆ ਤੇ ਫਿਰ ਨਸ਼ਾ ਮੁਫਤ ਦੇ ਵਿੱਚ ਮਿਲਦਾ ਉਦੋਂ ਅਮੀਰੀ ਆ ਜਾਂਦੀ ਹੈ ਜਾਂ ਫਿਰ ਗਰੀਬਾਂ ਨੂੰ ਮੁਫਤ ਦੇ ਵਿੱਚ ਮਿਲਦਾ ਇਹ ਆਪਾਂ ਥੋੜੀਆਂ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾ ਗਏ ਆਪਦੇ ਢਿੱਡ ਦੇ ਸਕੇ ਅਸੀਂ ਸਾਰੇ ਹੀ ਆ ਪਰ ਆਪਣੀਆਂ ਜ਼ਿੰਮੇਵਾਰੀਆਂ ਕਿਉਂ ਨਹੀਂ ਨਿਭਾਉਂਦੇ ਉਹ ਲਾਂਭੇ ਹੀ ਦੇਈ ਜਾਂਦੇ ਆ ਉਹ ਮਾੜਾ ਹੈ ਉਹ ਮਾੜਾ ਹੈ ਉਹਦੇ ਕਸੂਰ ਹਣਾਉਂਦੇ ਕਸੂਰਨ ਆਪਣਾ ਕਿਹੜਾ ਘਟ ਆਜੋ ਆਪਾਂ ਆਵਦੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰੀਏ ਆਪਾਂ ਸਮਝ ਗਏ ਸੋਚ ਗਏ ਵਿਚਾਰ ਗਏ ਵੀ ਖੜੇ ਕਿੱਥੇ ਜੇ ਆ ਤੇ ਅਗਲੀ ਮੇਰੀ ਬੇਨਤੀ ਇਹ ਆ ਵੇ ਬੀਜੇਪੀ ਦੇ ਵੱਲੋਂ ਪੰਜਾਬ ਦੇ ਵਿੱਚ ਹੁਣੇ ਤੋਂ 2027 ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਲੰਘੇ ਕੱਲ ਸੁਨੀਲ ਜਾਖੜ ਰਵਨੀਤ ਸਿੰਘ ਬਿੱਟੂ ਤਰਨ ਚੁੱਗ ਪਰਮਿੰਦਰ ਸਿੰਘ ਬਰਾੜ ਤੇ ਹੋਰ ਕਈ ਸੀਨੀਅਰ ਨੇਤਾਵਾਂ ਦੇ ਵੱਲੋਂ ਲੁਧਿਆਣੇ ਦੇ ਵਿੱਚ ਮਹੱਤਵਪੂਰਨ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਭਵਿੱਖ ਦੇ ਵਿੱਚ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ ਉਲੀਕਿਆ ਗਿਆ ਸੂਚੀ ਬਣਾਈ ਗਈ ਕਿ ਕਿਹੜੇ ਕਿਹੜੇ ਕੰਮ ਪਹਿਲ ਦੇ ਆਧਾਰ ਤੇ ਕਰਨੇ ਆ ਤੇ ਇਸ ਮੀਟਿੰਗ ਦੇ ਵਿੱਚ ਇਹ ਗੱਲ ਸੋਚੀ ਗਈ ਵਿਚਾਰੀ ਗਈ ਹੈ ਕਿ 10,25,000 ਤੋਂ ਵੱਧ ਵੋਟਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪੂਰੇ ਪੰਜਾਬ 'ਚ ਬੀਜੇਪੀ ਨੂੰ ਪਈਆਂ। ਮਤਲਬ ਲੋਕ ਸਾਡੇ ਪੱਖ ਦੇ ਵਿੱਚ ਆ। ਲੋਕ ਸਾਡੇ ਨਾਲ ਖੜੇ ਆ। ਕਿਉਂ ਨਾ ਅਸੀਂ ਕੁਝ ਐਸਾ ਕਰਗੇ, ਐਸਾ ਹੰਬੜਾ ਮਾਰਗੇ, ਮੁੱਦੇ ਐਸੇ ਚੁੱਕੀਏ ਕਿ 2027 ਦੇ ਵਿੱਚ ਸਰਕਾਰ ਸਾਡੀ ਬਣ ਜੇ। ਮੈਨੂੰ ਨਹੀਂ ਪਤਾ ਪਾਈ ਕੀ ਦੀ ਸਰਕਾਰ ਬਣਨੀ ਹੈ, ਸਮਾਂ ਦੱਸੂਗਾ। ਪੰਜਾਬਗਾਂ ਦਾ ਕੀ ਪਤਾ? ਕਿਸੇ ਨਾ ਕਿਸੇ ਨੂੰ ਹੀਰਾ ਕਹਿ ਕੇ ਮੌਕੇ ਦੇ ਉੱਤੇ ਜਿਤਾ ਦੇਣ। ਇਹ ਪੰਜਾਬਗਾਂ ਦਾ ਪਤਾ ਕੋਈ ਨਹੀਂ ਹੁੰਦਾ। ਉਸੇ ਹੀਰੇ ਨੂੰ 3 ਮਹੀਨਿਆਂ ਬਾਅਦ ਗੱਲਾਂ ਕੱਢਣੀਆਂ ਸ਼ੁਰੂ ਕਰ ਦੇਣ, ਕੋਈ ਪਤਾ ਨਹੀਂ ਹੁੰਦਾ। ਪਰ ਭਾਈ ਭਾਜਪੀ ਦੇ ਵੱਲੋਂ ਤਿਆਰੀਆਂ ਸੱਚੀ ਮੁੱਚ ਕੀਤੀਆਂ ਜਾ ਰਹੀਆਂ ਉਸ ਤੋਂ ਅਗਲੀ ਗੱਲ ਇਹ ਹੈ ਵੀ ਜਦੋਂ ਤੱਕ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋਵੋਗੇ ਜਾਂ ਸੁਣ ਚੁੱਕੇ ਹੋਵੋਗੇ ਜਾਂ ਸੁਣਨ ਦੀ ਤਿਆਰੀ ਕਰ ਰਹੇ ਹੋਵੋਗੇ ਜਲੰਧਰ ਦੀਆਂ ਚੋਣਾਂ ਦੇ ਨਤੀਜੇ ਆ ਚੁੱਕੇ ਹੋਣਗੇ ਜਲੰਧਰ ਦੀ ਜ਼ਬਨੀ ਚੋਣ ਜਿਹੜੀ ਪੱਛਮੀ ਵਾਲੀ ਜਲੰਧਰ ਵੈਸਟ ਵਾਲੀ ਉਹਦੇ ਲਈ 15 ਉਮੀਦਵਾਰਾਂ ਦੇ ਵਿੱਚੋਂ ਇੱਕ ਅੱਜ ਚੁਣ ਲਿਆ ਜਾਣਾ ਜਾਂ ਚੁਣ ਲਿਆ ਗਿਆ ਹੋਣਾ ਕਿਉਂਕਿ ਅਸਤਾ ਇਸ ਪ੍ਰੋਗਰਾਮ ਨੂੰ ਪਹਿਲਾ ਰਿਕਾਰਡ ਕਰ ਰਹੇ ਥੋੜਾ ਜਿਹਾ ਪਰ ਗੱਲ ਇਹ ਆ ਵੀ ਭਾਈ ਇੱਥੇ ਜਿਹੜੀ ਪਾਰਟੀ ਨੇ ਬਾਜ਼ੀ ਮਾਰ ਲਈ ਉਹਨੇ ਬਾਗੀਆਂ ਪਾਉਣੀਆਂ ਵੀ ਭਾਈ ਲੋਕਾਂ ਦਾ ਦਿਲ ਅਸੀਂ ਜਿੱਤ ਲਿਆ ਫਿਰ ਅਗਲੀਆਂ 4 ਸੀਟਾਂ ਜਿਹੜੀਆਂ ਜਲੰਧਰ ਦੀਆਂ ਜਿਹੜੀਆਂ ਵੱਖ-ਵੱਖ ਪੰਜਾਬ ਦੇ ਹਿੱਸਿਆਂ ਦੀਆਂ ਖਾਲੀ ਹੋਈਆਂ ਬਰਨਾਲਾ ਡੇਰਾ ਬਾਬਾ ਨਾਨਕ ਚੱਬੇਵਾਲ ਤੇ ਗਿੱਦੜਬਾਹ ਇਹਨਾਂ ਦੇ ਉੱਤੇ ਵੀ ਖਿੱਚ ਕੇ ਤਿਆਰੀ ਰੱਖਣੀ ਆ ਸੋ ਇਹਨੇ ਪਾਈ ਕੀ ਬਣਦਾ ਪਰ ਪੰਜਾਬ ਦੇ ਲੋਕਾਂ ਨੂੰ ਚੋਣਾ 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 ਇਸ ਤੋਂ ਬਿਨਾ ਹੋਰ ਕੁਝ ਸੁਝੜ ਦਿੱਤਾ ਹੀ ਨਹੀਂ ਜਾਂਦਾ ਆਜੋ ਪੰਜਾਬ ਦੇ ਲੋਕਾਂ ਨੇ ਕੰਮ ਵੀ ਕਰ ਗਏ ਕੱਲੀਆਂ ਸੀਟਾਂ ਨਾ ਜਿੱਤ ਗਏ ਦਿਲ ਵੀ ਜਿੱਤ ਗਏ ਜਿਹੜੇ ਕਿ ਜਿੱਤੇ ਨਹੀਂ ਜਾ ਰਹੇ ਜਿੱਤੇ ਤਾਂ ਜਾਣਗੇ ਜੇਕਰ ਕਹਿਣੀ ਤੇ ਕਰਨੀ ਦੇ ਵਿੱਚ ਸਮਾਨਤਾ ਹੋਊਗੀ ਖਬਰਾਂ ਨੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਹੋ ਸਕਦੀ ਸੀ ਪਰ ਜੋ ਵਕਤਰੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ